ਸਾਡੇ ਇੱਕ ਸਾਹਮਣੇ ਇੱਕ ਵੀਡੀਓ ਆਈ ਹੈ ਜੀ, ਇੱਕ ਉਹਦੇ ਵੀਡੀਓ ਦੇ ਵਿੱਚ ਨਾ ਇੱਕ ਕੁਛ ਤਿੰਨ ਚਾਰ ਮੁੰਡੇ ਹੈਗੇ ਜੋ ਦੋ ਮੁੰਡਿਆਂ ਨੂੰ ਕੁੱਟ ਰਹੇ ਨੇ ਅਤੇ ਕੋਈ ਨਸ਼ਿਆਂ ਸੰਬੰਧੀ ਐਲੀਗੇਸ਼ਨ ਲਾ ਰਹੇ ਨੇ, ਅਤੇ ਅਸੀਂ ਇਸ ਵੀਡੀਓ ਨੂੰ ਵੈਰੀਫਾਈ ਕਰ ਰਹੇ ਹਾਂ ਜੀ। ਅਸੀਂ ਉਹ ਬੰਦੇ ਆਈਡੈਂਟੀਫਾਈ ਕਰ ਲਏ ਨੇ ਜੀ, ਉਹਨਾਂ ਨੂੰ ਇੱਕ ਵਾਰ ਅਸੀਂ ਥਾਣੇ ਬੁਲਾ ਕੇ, ਕਿਉਂਕਿ ਸਾਨੂੰ ਕੋਈ ਅਫੀਸ਼ੀਅਲ ਇਨਫੋਰਮੇਸ਼ਨ ਨਹੀਂ ਉਹਨਾਂ ਵੱਲੋਂ ਕਿਸੇ ਵੱਲੋਂ ਵੀ ਆਈ ਸੀ, ਜਸਟ ਇੱਕ ਵੀਡੀਓ ਆਈ ਹੈ। ਤਾਂ ਵੀਡੀਓ ਦੀ ਅਥੈਂਟੀਸਿਟੀ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ, ਪਲੱਸ ਉਹਨਾਂ ਬੰਦਿਆਂ ਨੂੰ ਵੀ ਅਸੀਂ ਬੁਲਾ ਕੇ ਇੱਕ ਵਾਰ ਸਾਰਾ ਮੈਟਰ ਵੈਰੀਫਾਈ ਕਰਾਂਗੇ ਜੀ। ਉਸ ਤੋਂ ਬਾਅਦ ਜਿਸ ਤਰੀਕੇ ਦੀ ਵੀ ਗੱਲਬਾਤ ਸਾਹਮਣੇ ਆਊਗੀ ਉਸ ਅਨੁਸਾਰ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ। ਸਰ ਦੇ ਬੱਚੇ ਬਾਕੀ ਇਸ ਪਾਸੇ ਲੱਗ ਗਏ ਤਾਂ ਕਿੰਨਾ ਚੈਲੰਜ ਆ ਪੁਲਿਸ ਵਾਸਤੇ, ਸੁਸਾਇਟੀ ਵਾਸਤੇ, ਸਮਾਜ ਵਾਸਤੇ ਉਹਨੂੰ ਬਚਾਉਣਾ? ਨਹੀਂ ਦੇਖੋ, ਇਹ ਐਕਚੁਅਲੀ ਕਾਫੀ ਚੈਲੇਂਜਿੰਗ ਹੈ, ਕਿਉਂਕਿ ਇੱਕ ਜੋ ਇਹ ਡਰੱਗ ਦੀ ਪ੍ਰੋਬਲਮ ਹੈਗੀ ਹੈ, ਇਹ ਇਕੱਲੀ ਪੁਲਿਸ ਜਾਂ ਇੱਕ ਤਰਫਾ ਅਪਰੋਚ ਨਹੀਂ ਹੈ, ਮਲਟੀਪ੍ਰੋਂਗ ਅਪਰੋਚ ਚਾਹੀਦੀ ਇਹਦੇ ਵਾਸਤੇ। ਇਹਦੇ ਵਾਸਤੇ ਸਾਨੂੰ ਹੈਲਥ ਸਿਸਟਮ ਵੀ ਹੈ ਅਤੇ ਪੁਲਿਸ ਨੇ ਚਲੋ ਆਪਣਾ ਕਰਨਾ ਹੀ ਹੈ ਕੰਮ, ਅਦਰਵਾਈਜ਼ ਪਬਲਿਕ ਦੀ ਸਪੋਰਟ ਵੀ ਚਾਹੀਦੀ ਹੈ। ਤੋ ਅਗਰ ਇਹ ਸਾਰੇ ਰਲ ਮਿਲ ਕੇ ਪਬਲਿਕ ਹੈ, ਹੈਲਥ ਸਿਸਟਮ ਹੈ, ਜਾਂ ਸਾਰਿਆਂ ਦਾ ਰਲ ਮਿਲ ਕੇ ਸਾਥ ਇਕੱਠੇ ਹੋ ਕੇ ਕਰਨਗੇ, ਤਾਂ ਇਸ ਚੀਜ਼ ਦਾ ਜ਼ਰੂਰ ਮਤਲਬ ਹੱਲ ਹੋ ਸਕਦਾ ਹੈ। ਡਾਕਟਰ, ਜਿਵੇਂ ਕੁੱਟਮਾਰ ਕਰ ਰਹੇ ਬੱਚਿਆਂ ਦੀ, ਇਹਨੂੰ ਤੁਸੀਂ ਕਿੰਨਾ ਜਾਇਜ਼ ਸਮਝਦੇ? ਲੱਗਦਾ ਨਹੀਂ ਪੁਲਿਸ ਨੂੰ ਸ਼ਿਕਾਇਤ ਉਹਨੂੰ ਕਰਨੀ ਚਾਹੀਦੀ? ਦੇਖੋ, ਇਹੀ ਮੈਂ ਅਸੀਂ ਅੱਗੇ ਵੀ ਅਪੀਲ ਕਰਦੇ, ਮੈਂ ਤੁਹਾਡੇ ਰਾਹੀਂ ਅੱਗੇ ਮੀਡੀਅਮ ਰਾਹੀਂ ਫਿਰ ਵੀ ਪਬਲਿਕ ਨੂੰ ਅਪੀਲ ਕਰਨਾ ਚਾਹੁੰਦਾ ਕਿ ਅਗਰ ਕਿਸੇ ਤਰੀਕੇ ਦੀ ਵੀ ਗੱਲਬਾਤ ਪਬਲਿਕ ਨੂੰ ਸਾਹਮਣੇ ਆਉਂਦੀ ਹੈ ਵੀ ਕੋਈ ਅਗਰ ਕੋਈ ਗੈਰ ਕਾਨੂੰਨੀ ਕੰਮ 'ਚ ਕੋਈ ਬੰਦਾ ਇਨਵੋਲਵਡ ਹੈ, ਕੋਈ ਵੀ ਹੈਗਾ, ਤਾਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਿਆ ਜਾਵੇ। ਇਮੀਡੀਏਟਲੀ ਉੱਥੇ ਨੀਅਰੈਸਟ ਜਾਂ ਜੋ ਵੀ ਨੀਅਰੈਸਟ ਪੁਲਿਸ ਸਟੇਸ਼ਨ ਹੈਗਾ ਉੱਥੇ ਇਨਫੋਰਮ ਕਰ ਦਿੱਤਾ ਜਾਵੇ, ਕੰਟਰੋਲ ਦੇ ਨੰਬਰਸ ਨੇ ਹਰ ਜਗ੍ਹਾ ਪਬਲਿਸਾਈਜ਼ ਨੇ, ਉੱਥੇ ਇਨਫੋਰਮ ਕਰ ਦਿੱਤਾ ਜਾਵੇ ਤਾਂ ਜੋ ਪੁਲਿਸ ਆ ਕੇ ਫਿਰ ਕਾਰਵਾਈ ਕਰਦੇ ਆਪਣੇ ਆਪਣੇ ਹੱਥ ਨਾਲ ਕਾਨੂੰਨ ਨੂੰ। ਕੱਲ੍ਹ ਨੂੰ ਫਿਰ ਇਸ ਤਰੀਕੇ ਦੀ ਅਗਰ ਗੱਲਬਾਤ ਹੋ ਜਾਂਦੀ ਹੈ ਫਿਰ ਉਹ ਸਾਰਿਆਂ ਲਈ ਪ੍ਰੋਬਲਮ ਹੋ ਜਾਂਦੀ ਹੈ। ਫੜੀ ਫੜੀ ਸਮਾਨ ਲੈ ਜਾਂਦਾ ਸੀ, ਫੜੀ 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 ਜੀ ਉਹ ਪੰਜਾਬ ਤੋਂ ਦੇਖੋ ਬਾਬਾ ਕੋਲ ਆ ਗਿਆ ਸਮਾਨ ਵੀ ਨਹੀਂ ਗਈ ਬੈਗ ਭਰ ਕੇ ਉਹਨੇ ਹਾਂ ਜਾ ਸਾਹ ਲੈ ਲੈ ਕਿੱਡੇ ਆ ਕਮਰਾ ਦੇਖ ਲਾ ਆ ਦੇਖੋ ਆ ਜਵਾਕਾਂ ਵਾਲੀ ਸਮਾਨ ਲੈ ਕਿੱਧਰ ਨਾਲ ਅੱਜ ਤੋਂ ਬਾਅਦ ਪਾਰਕ ਦੇਖਦੇ, ਅੱਜ ਤਾਂ ਪਈਆਂ ਥੋੜੀਆਂ ਸਮਾਨ ਸਮਾਨ ਪੰਜਾਬ।